ਅੱਛਾ ਜੀ ਹਾਂ ਜੀ ਜਵਾਨੋ ਜਾ ਰਹੇ ਹਾਂ ਰਸਤੇ ਵਿੱਚ ਨਾਲੇ ਸੀਨ ਬਾਬਾ ਚੈੱਕ ਕਰਾਉਂਦੇ ਪੂਰਾ ਇੱਥੇ ਸਾਡਾ ਬਣ ਰਿਹਾ ਜਿਮ ਖਾਨਾ ਮੰਡੀ ਵਿੱਚ ਅਤੇ ਉਹ ਫਿਰ ਉਹ ਸ਼ਾਇਦ ਭਾਈ ਰੱਖੀਆਂ ਹਨ ਉਹਦੀਆਂ ਮੈਂਬਰਸ਼ਿਪ ਸਾਡੇ ਵਾਸਤੇ ਵੀ ਨਾ ਦੋ ਤਿੰਨ ਹਾਂ ਜੀ ਜਵਾਨੋ ਪਹੁੰਚ ਆਏ ਹਾਂ ਡੀ ਸੀ ਸਾਹਿਬ ਕੋਲ ਜਿਵੇਂ ਤੁਹਾਨੂੰ ਦੱਸਿਆ ਅਸੀਂ ਜਾ ਰਹੇ ਹਾਂ ਉੱਥੇ ਅਤੇ ਪਹਿਲਾਂ ਮੈਂ ਤੁਹਾਨੂੰ ਸੁਣਾ ਲਾ ਫਿਰ ਅਗਲੀ ਗੱਲ ਸਾਡੀ ਫੈਮਿਲੀ ਦੇ ਫਖਰ ਨੇ ਸ਼ਾਇਦ ਇਮਰਾਨ ਵਾਲਾ ਸਾਹਿਬ ਡੀ ਸੀ ਮੰਡੀ ਬਾਬਲ ਦੀ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਜੀ ਜਿਮ ਖਾਨਾ ਕਲੱਬ ਮੰਡੀ ਬੋਲਦੀ ਜਿਸ ਕਾਮ ਦੀ ਫਾਰਮਲੀ ਜੋ ਹੈ ਉਹ ਇਫਤਤਾਹ ਕਰਦੀ ਹੈ ਔਰ ਇਸ ਹਾਂ ਜੀ ਜਵਾਨੋ ਤਬੀਅਤ ਖਰਾਬ ਹੋਈ ਸੀ ਅਤੇ ਮੈਂ ਨਾ ਆਖਿਆ ਦੋ ਮਿੰਟ ਲਵੋ ਯਾਰ ਵਾ ਫਰੈਸ਼ ਏਅਰ ਲੈਂਦੇ ਹਾਂ ਅਤੇ ਹੁਣ ਜੀ ਇਕੱਠੇ ਹੋ ਗਏ ਸਾਰੇ ਅੱਜ ਤੁਹਾਨੂੰ ਦੱਸਦੇ ਹਾਂ ਅਸੀਂ ਕਿੱਥੇ ਜਾ ਰਹੇ ਹਾਂ ਅਸੀਂ ਜਾ ਰਹੇ ਹਾਂ ਜੀ ਫਾਈਨਲ ਹਾਂ ਜੀ ਜਵਾਨੋ ਆ ਗਿਆ ਵਾਪਸ ਗਰਮੀ ਬੜੀ ਸੀ ਸਾਡੇ ਮੋਹਤਰਮ ਉਸਤਾਦ ਜੀ ਅੱਜ ਕਾ ਸਾਡੇ ਗਏ ਸਨ ਚੰਗ ਤੇ ਅੱਜ ਬਹੁਤ ਜ਼ਿਆਦਾ ਸਫ਼ਰ ਕਰਕੇ ਆਏ ਨੇ ਆਖਰਕਾਰ ਉਹਨਾਂ ਯਾਰ ਉਸਤਾਦ ਅਰੀ ਲਾਂਦੇ ਨੇ ਵੀਡੀਓ ਅੱਜ ਕੀ ਆਈਡੀ ਹੈ ਤੁਹਾਡੀ ਹਾਂ ਜੀ ਜਵਾਨੋ ਅਸਲਾਮ ਅਲੈਕੁਮ ਉਮੀਦ ਹੈ ਠੀਕ ਹੋਵੋ ਦੇ ਹੁਣ ਉੱਠ ਪਿਆ ਥੋੜ੍ਹਾ ਲੇਟ ਹੋ ਗਏ ਯਾਰ ਪਤਾ ਹੀ ਨਹੀਂ ਲੱਗਾ ਕਮਰੇ ਠੰਡੇ ਹੋਏ ਸਨ ਸੁੱਤੇ ਰਹੇ ਹਾਂ ਸਾਰੇ ਜਾਣਾ ਜੀ ਸੁਬਹਾ ਸੁਬਹਾ ਸੀ ਬਸ ਹੁਣ ਇੱਕ ਦੋ ਵੱਜ ਗਏ ਨੇ ਅਤੇ ਜਾ ਰਹੇ ਹਾਂ ਮੰਡੀ ਅੱਜ ਮੰਡੀ ਦਾ ਟੂਰ ਹੈ ਉੱਥੇ ਦੋ ਤਿੰਨ ਕੰਮ ਨੇ ਉਹ ਕਰਨੇ ਨੇ ਅਤੇ ਮੰਡੀ ਜਾ ਰਹੇ ਹਾਂ ਉੱਥੇ ਜਾਣਾ ਆਈ ਡੀ ਸੀ ਆਫਿਸ ਤੁਹਾਨੂੰ ਅੱਜ ਤੁਹਾਡੀ ਡੀ ਸੀ ਨਾਲ ਹੀ ਮੁਲਾਕਾਤ ਕਰਾਉਂਦੇ ਹਾਂ ਉਹਨਾਂ ਨਾਲ ਕੰਮ ਨੇ ਦੋ ਤਿੰਨ ਅਸੀਂ ਸਾਡੇ ਮੰਡੀ 'ਚ ਬਣ ਰਿਹਾ ਜਿਮਖਾਨਾ ਨਿਆ ਬਣ ਰਿਹਾ ਉਹਦੀ ਮੈਂਬਰਸ਼ਿਪ ਵਾਸਤੇ ਫਿਰ ਅਸੀਂ ਸਾਰੇ ਜਣੇ ਨਾ ਉੱਥੇ ਜਾ ਰਹੇ ਸਾਂ ਮੈਂਬਰਸ਼ਿਪ ਲੈ ਲਈ ਹੁਣ ਅਤੇ ਸ਼ਾਇਦ ਸਾਹਿਬ ਲੱਗੇ ਨੇ ਉੱਥੇ ਡੀ ਸੀ ਮੰਡੀ ਨਾਲੇ ਤੁਹਾਨੂੰ ਉਹਨਾਂ ਨਾਲ ਮੁਲਾਕਾਤ ਕਰਾਉਂਦੇ ਹਾਂ ਨਾਲੇ ਤੁਹਾਨੂੰ ਅਪਡੇਟ ਕਰਨੇ ਦੱਸਣੇ ਹਾਂ ਕੀ ਹੁੰਦਾ ਅੱਜ ਵੀਰਕ ਸਾਹਿਬ ਬਾਕੀ ਸਾਰੇ ਵੀਰਕ ਸਾਹਿਬ ਦੀ ਕੋਈ ਫੋਤੀ ਹੋ ਗਈ ਇਸ ਫੈਮਿਲੀ ਵਿੱਚ ਜੋ ਫਿਰ ਉੱਥੇ ਗਏ ਨੇ ਅੱਜ ਹੁਣ ਅਸਾਂ ਜੁਆਇਨ ਨਹੀਂ ਕੀਤਾ ਅਤੇ ਹੁਣ ਅਸੀਂ ਜਾ ਕੇ ਫਿਰ ਇਨਸ਼ਾਅੱਲਾ ਤੁਹਾਨੂੰ ਅਪਡੇਟ ਕਰਨਾ ਕੀ ਬਣਦਾ ਅਤੇ ਕੀ ਹੁੰਦਾ ਅੱਛਾ ਜੀ ਹਾਂ ਜੀ ਜਵਾਨੋ ਜਾ ਰਹੇ ਹਾਂ ਰਸਤੇ ਵਿੱਚ ਅਤੇ ਜਿਹੜਾ ਨਾ 10 ਮਿੰਟ ਤੱਕ ਪਹੁੰਚ ਜਾਣਾ ਅਸਾਂ ਇਨਸ਼ਾਅੱਲਾ ਉੱਥੇ ਅਤੇ ਫਿਰ ਨਾਲੇ ਤੁਹਾਨੂੰ ਜਾ ਕੇ ਵਿਖਾਉਂਦੇ ਹਾਂ ਨਾਲੇ ਸੀਨ ਬਾਬਾ ਚੈੱਕ ਕਰਾਉਂਦੇ ਹਾਂ ਫੁੱਲ ਪੂਰਾ ਜਿਹੜਾ ਨਾ ਜੋਬਨ ਵਿੱਚ ਠੀਕ ਆ ਸ਼ਿਵਾ ਸਾਹਿਬ ਜੀ ਸ਼ਿਵਾ ਸਾਹਿਬ ਸਾਡੇ ਬਹੁਤ ਪਰੇਸ਼ਾਨ ਨੇ ਇਹ ਇੱਥੇ ਆ ਕੇ ਸਾਂ ਕਿ ਚਲੋ ਇਜ਼ੀ ਹੋ ਜਾਓ ਥੋੜ੍ਹੇ ਜਿਹੇ ਲੇਕਿਨ ਇੱਥੇ ਵੀ ਉਹਨਾਂ ਨੂੰ ਪਾਗਲ ਕੀਤੇ ਆ ਕੀ ਕਰੀਏ ਕੋਈ ਇਧਰੋਂ ਫੋਨ ਆਉਂਦਾ ਕੋਈ ਸੰਤ ਸੁਣਾ ਨੇ ਕੋਈ ਗਾਣਾ ਵੀ ਨਹੀਂ ਦਿੰਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਨਾ ਬਣਾਈ ਪਰੇਸ਼ਾਨੀ ਕੋਈ ਨਹੀਂ ਜੀ ਤੁਸੀਂ ਸਾਨੂੰ ਫਿਰ ਤੁਹਾਨੂੰ ਪਤਾ ਹੈ ਬਾਹਰ ਵਾਲੇ ਨਹੀਂ ਨਾ ਸਕੂਨ ਲੈ ਰਹੇ ਸਾਨੂੰ ਜ਼ਿਹਨੀ ਟਾਰਚਰ ਕਰ ਰਹੇ ਸ਼ਜ਼ੀਦ ਜ਼ਿਹਨੀ ਟਾਰਚਰ ਹੋ ਰਹੇ ਆ ਬਹੁਤ ਪਰੇਸ਼ਾਨੀ ਤਾਂ ਬਣਾਈ ਹੈ ਇਜ਼ੀ ਹੋ ਜਾਓ ਨਾਈਟ ਸ਼ੁਰੂ ਹੋ ਜਾਣੀ ਹੈ ਅੱਜ ਸ਼ਾਮ ਨੂੰ ਤੇ ਕੱਲ ਵੀਕਐਂਡ ਹੈ ਜ਼ਿਆਦਾ ਜਿਹਨਾਂ ਦਾ ਵੀਕਐਂਡ ਸ਼ੁਰੂ ਹੋ ਜਾਣਾ ਸ਼ਾਮ ਨੂੰ ਅੱਜ ਇਹਨਾਂ 3 ਵਜੇ ਛੁੱਟੀ ਕਰ ਲੈਣੀ ਹੈ ਸਾਰਿਆਂ ਫੋਨ ਕੀਤੇ ਦੋਸਤਾਂ ਨੇ ਕਿਹਾ ਅਸੀਂ ਆ ਰਹੇ ਹਾਂ ਘਰੇ ਦੀ ਗੱਲ ਖੈਰ ਹੀ ਹੁਣ ਇਹ ਨਾ ਕਰੋ ਕੰਪਰੋਮਾਈਜ਼ ਕਰੋ ਅਸੀਂ ਤੁਹਾਨੂੰ ਨੀ ਪਤਾ ਅਸੀਂ ਬਹੁਤ ਬਿਜ਼ੀ ਚੱਲ ਰਹੇ ਹਾਂ ਸਾਡੇ ਅੱਲਾ ਦੀ ਕਸਮ ਤੁਹਾਨੂੰ ਗੱਲ ਦੱਸੀ ਸਾਡੇ ਕਾਰ ਵਾਲੇ ਵੀ ਜਿਹੜੇ ਨਾ ਤੰਗ ਨੇ ਬਸ
ਉਹਨੇ ਤੁਸੀਂ ਸਿਰਫ ਸੌਣ ਆਉਂਦੇ ਹੋ ਘਰ, ਉਹ ਘਰ ਅਸੀਂ ਜਾਂਦੇ ਹਾਂ, ਸਾਡੇ 'ਚ ਇੰਨੀ ਕਪੈਸਿਟੀ ਨਹੀਂ ਰਹਿ ਜਾਂਦੀ ਕਿ ਅਸੀਂ ਉਹਨਾਂ ਨੂੰ ਗਾਲ ਛਾਲ ਪੁੱਛ ਲਈਏ। ਅਸੀਂ ਜਾਂਦੇ ਹਾਂ, ਸੌਂ ਜਾਂਦੇ ਹਾਂ, ਸਵੇਰੇ ਉੱਠ ਕੇ ਫਿਰ ਅਸੀਂ ਲੇਟ ਹੋ ਜਾਂਦੇ, ਗੱਲ ਸਿੱਧੀ ਗਾਲਾਂ ਖਾਈਦੀਆਂ ਨੇ। ਹਾਂ, ਅਤੇ ਉਹਨਾਂ ਨਹੀਂ ਪੈਂਦਾ ਫਿਰ ਇਹਨਾਂ ਕੋਲ ਜਾਣਾ। ਅਸਲ ਨਾ ਇੱਥੇ ਸਾਡਾ ਪੁਆਇੰਟ ਹੈ ਜਿਮ ਖਾਨਾ ਮੰਡੀ ਵਿੱਚ, ਅਤੇ ਉਹ ਫਿਰ ਉਹ ਸ਼ਾਇਦ ਭਾਈ ਰੱਖੀਆਂ ਉਹਦੀਆਂ ਮੈਂਬਰਸ਼ਿਪ ਸਾਡੇ ਵਾਸਤੇ ਵੀ ਨਾ ਦੋ ਤਿੰਨ, ਅਤੇ ਉਹ ਸਾਨੂੰ ਪਿਛਲੇ ਹਫ਼ਤੇ ਦਾ ਉਹਨਾਂ ਨੂੰ ਕਿਹਾ ਸੀ, ਅਤੇ ਫਿਰ ਅਸੀਂ ਲਾਹੌਰ ਅੱਗੇ ਪਿੱਛੇ ਫਿਰ ਇਸ ਕੰਮਾਂ ਵਿੱਚ, ਅਤੇ ਅੱਜ ਦਾ ਦਿਨ ਅਸੀਂ ਰੱਖਿਆ ਸੀ ਕਿ ਅਸੀਂ ਜਾਣਦੇ ਅਤੇ ਜਾ ਕੇ ਉਹ ਪਿਛਲੇ ਹਫ਼ਤੇ ਅਸੀਂ ਬਿਜ਼ੀ ਸਾਂ, ਵਿਹਲੇ ਬਿਜ਼ੀ। ਹਾਂ, ਅਸੀਂ ਪਾਕਿਸਤਾਨ ਆਉਂਦੇ ਹਾਂ ਆਰਾਮ ਕਰਨ, ਅਸੀਂ ਬੜੇ ਬਿਜ਼ੀ ਸਭ ਗਏ, ਤੁਸੀਂ ਗੁਜਰਾਣੇ ਅੱਗੇ, ਤੁਸੀਂ ਲਾਹੌਰ ਤੁਰ ਗਏ। ਸਰ ਸਾਡਾ ਹੁਣ ਇੱਥੋਂ ਅਸੀਂ ਆਏ ਹਾਂ ਮੰਡੀ, ਇਹ ਪਤਾ ਨਹੀਂ ਕਿਹਦੇ ਦਾ ਸਾਡੀ ਪਰਵਾਹ ਸਰ ਨਹੀਂ ਪਤਾ, ਇਹ ਸ਼ਹੀਦੀ ਜਿਹੜੀ ਪਰਵਾਹ ਹੈ, ਖਤਰਨਾਕ ਪਰਵਾਹ ਹੈ। ਨਹੀਂ, ਸ਼ਰਾਸ ਤੇਰੀ ਪਰਵਾਹ ਸੇ ਚਲਤਾ ਹੈ ਜ਼ਮਾਨਾ, ਹਾਏ ਗੱਲ ਨੇ ਤੇਰੀ ਪਰਵਾਹ ਜਿਹੜੀ ਸਾਡੀ ਪਰਵਾਹ ਦਾ ਕੋਈ ਪਤਾ ਨਹੀਂ। ਬਿਲਕੁਲ, ਇਹ ਅੱਛੀ ਗੱਲ ਹੈ ਨਾ, ਅਸੀਂ ਵੀ ਹਾਂ ਬੈਟਿੰਗ ਵੀ ਹੋਣੀ ਚਾਹੀਦੀ ਹੈ, ਜ਼ਿਆਦਾ ਕਰ ਰਹੇ ਹੋ ਅੱਜ ਕੱਲ੍ਹ ਸਰ ਯਾਰ, ਇਹ ਵੇ ਹੁਣ ਇੱਥੇ ਕੁਛ ਸੈਟੀ ਬਣ ਗਈ ਆ ਯਾਰ, ਮੈਂ ਬੜਾ ਯਾਰ ਜ਼ਰਖੇਜ਼ ਰਕਬਾ ਜਿੰਨਾ ਨਹੀਂ ਹੋਇਆ ਵੇ, ਹਾਂ ਨਾਉਣ ਲੱਗੇ ਨਹੀਂ ਤੇ ਕੱਲ੍ਹ ਰਹਿਬਾਂ 'ਚ ਮੁੰਡੇ ਪਈ ਤਾਂ ਡੂੰਘੀ ਤਾਂ ਪਈ ਹੈ। ਅੱਛਾ, ਦੂਜਾ ਨਾਂ ਨਹੀਂ ਪਾਉਂਦਾ, ਬਾਕੀ ਯਾਰ ਇਹ ਵੀ ਬੜਾ ਇੱਕ ਵੋਟ ਵੈਲਿਡ ਇਸ਼ੂ ਹੈ, ਵੈਲਿਡ ਇਸ਼ੂ ਹੈ, ਅੱਲਾ ਦੀ ਕਸਮ ਇਨਸ਼ਾਅੱਲਾ ਡਿਸਕਸ ਕਰਨੇ ਆ ਅਗਲੇ ਸਟੇਡੀਆਂ ਵਾਲੇ ਜਿਹੜੇ ਨੇ, ਇਹਨਾਂ ਬਹੁਤ ਪਾਕਿਸਤਾਨ ਦਾ ਸਾਡੇ ਸਪੈਸ਼ਲੀ ਸਾਡਾ ਜਿਹੜਾ ਏਰੀਆ ਨਾ ਬੜਾ ਨੁਕਸਾਨ ਹੋ ਰਿਹਾ। ਬੜਾ ਕੁਝ ਨਾ ਜਿਹੜਾ ਸਾਡੇ ਡੀਸੀ ਨੇ ਬੜਾ ਕੰਮ ਕਰਾਇਆ, ਇਹ ਨੀ ਕਿ ਸਾਡਾ ਤੇ ਅਸੀਂ ਤਾਂ ਪਿਆਨੇ ਆ, ਵਾਕਈ ਉਹਨੇ ਨਾ ਕਾਫੀ ਵਰਕਆਊਟ ਕੀਤਾ, ਉਹਨੇ ਬੜਾ ਕੰਮ ਕਰਾਇਆ ਇਸ ਸ਼ਹਿਰ ਦਾ ਨਾ, ਹੋਰ ਕਰ ਵੀ ਰਹੇ। ਇਹ ਤੁਸੀਂ ਵੀ ਆਪਣੇ ਜਿਹੜੇ ਮੰਡੀ ਆਏ ਹੋ ਨਾ ਤਾਂ ਬਿਲਕੁਲ ਪਤਾ ਹੋਣਾ ਇਸ ਚੀਜ਼ ਦਾ, ਅਤੇ ਜਿਹੜੇ ਬਾਹਰ ਵਾਲੇ ਨੇ ਇਹ ਸਾਰੀਆਂ ਸਿਫਤਾਂ ਹੋਣ ਲੱਗੀਆਂ ਜੀ। ਅੱਛਾ, ਸ਼ਾਮ ਨੂੰ ਚੱਲਦੀਆਂ ਨੇ ਲਾਈਟਾਂ ਛੱਡਾਂ, ਉਹ ਸਫਾਈ ਦਾ ਬੜਾ ਜ਼ਬਰਦਸਤ ਇੰਤਜ਼ਾਮ ਕੀਤਾ। ਸਾਡਾ ਮੰਡੀ ਥੋੜ੍ਹਾ ਜਿਹਾ ਦੂਜਿਆਂ ਦਿਨਾਂ ਨਾਲ ਥੋੜ੍ਹਾ ਜਿਹਾ ਪਿੱਛੇ ਹੋ ਗਈ ਹੈ, ਪਿੱਛੇ ਵੇ ਮੈਂ 2 ਮਿੰਟਾਂ ਵਿੱਚ, ਤੁਸੀਂ ਬੈਠੋ ਤੇ ਫਿਰ ਅਸੀਂ ਜਾ ਕੇ ਨਾਲੇ ਤੁਹਾਨੂੰ ਵਿਖਾਉਂਦੇ ਹਾਂ ਸਾਰਾ ਕੁਝ ਜੋ ਇਨਵਾਇਰਮੈਂਟ ਹੈ ਵੇ, ਅਤੇ ਜਿਹੜੇ ਕੰਮ ਸਨ ਉਹ ਵੀ ਕਰਨੇ ਆ, ਅਤੇ ਚੈੱਕ ਕਰਨੇ ਆ ਕੀ ਬਣਦਾ ਹੈ ਜਾਂ ਕੀ ਸਿਸਟਮ। ਤੁਹਾਡੇ ਨਾਲ ਰਹੋ ਅਤੇ ਮਿਲਦੇ ਰਹੋ। ਕੀ ਪਿੰਡਾਂ 'ਚ? ਹਾਂ ਜੀ, ਤੁਹਾਨੂੰ ਪਹੁੰਚਾਏ ਹਾਂ ਡੀ ਸੀ ਸਾਹਿਬ ਕੋਲ, ਜਿਵੇਂ ਤੁਹਾਨੂੰ ਦੱਸਿਆ ਅਸੀਂ ਜਾ ਰਹੇ ਹਾਂ ਉੱਥੇ, ਅਤੇ ਪਹਿਲਾਂ ਮੈਂ ਤੁਹਾਨੂੰ ਸੁਣਾ ਲਾਂ ਫਿਰ ਅਗਲੀ ਗੱਲ। ਸਾਡੀ ਫੈਮਿਲੀ ਦੇ ਫਖਰ ਨੇ ਸ਼ਾਇਦ ਇਮਰਾਨ ਵਾਲਾ ਸਾਹਿਬ, ਇਹ ਡੀ ਸੀ ਮੰਡੀ ਬਹਾਉਦੀਨ ਟ੍ਰੇਨ ਨਾਲ ਬੁਲਾਏ ਆ, ਅੰਕਲ ਸਾਹਿਬ ਗੋਂਦਲ ਸਾਹਿਬ, ਅਤੇ ਅੰਕਲ ਲਰੀ ਨੇ ਯੂ ਐੱਸ ਏ ਨੂੰ ਨਾਂ ਨਹੀਂ ਪਤਾ, ਦਲਕਾਰ ਸਾਹਿਬ, ਅਗੂ ਸ਼ਰਾਜ ਅਤੇ ਸਹਦੇਵ, ਤੁਹਾਨੂੰ ਕੀ ਪਤਾ ਇਹਨਾਂ ਜਾਣਦੇ, ਅਤੇ ਅਸੀਂ ਡੀ ਸੀ ਸਾਹਿਬ ਕੋਲ ਆਏ ਹਾਂ। ਇਹ ਜਿਮ ਖਾਨਾ ਇਹਨਾਂ ਲਾਂਚ ਕੀਤਾ ਮੰਡੀ ਵਿੱਚ, ਪਹਿਲੀ ਦਫ਼ਾ ਆ ਰਿਹਾ ਸਾਡੇ ਕੋਲ ਜਿਹੜਾ ਨਾ ਜਿਮ ਖਾਨਾ,
ਉਹਦੇ ਵਾਸਤੇ ਆਏ ਹਾਂ, ਉਦੋਂ ਮੈਂਬਰਸ਼ਿਪ ਕਰ ਰਹੇ ਹਾਂ। ਬਾਕੀ ਤੁਹਾਨੂੰ ਮੈਂ ਰਸਤੇ ਵਿੱਚ ਵੀ ਸੜਕਾਂ ਸਾਰਾ ਕੁਝ ਵਿਖਾ ਰਹੇ ਸਨ। ਇਹ ਨਹੀਂ ਕਿ ਸਾਡੇ ਫੈਮਲੀ ਦੇ ਤੁਸੀਂ ਤਰੀਫਾਂ ਕਰ ਰਹੇ, ਤੁਸੀਂ ਮੰਡੀ ਵਾਲੇ ਵੈਸੇ ਵੀ ਜਾਣਦੇ ਨੇ, ਬਾਕੀ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ। ਅਤੇ ਬਾਕੀ ਡੀ ਸੀ ਸਾਹਿਬ ਤੋਂ ਪੁੱਛਦੇ ਹਾਂ, ਜਿਮ ਖਾਨੇ ਦਾ ਜਿਹੜਾ ਨਾ ਉਹ ਇਨਫੋਰਮ ਕਰਦੇ ਨੇ ਕਿੱਥੇ ਹੈ ਕੀ ਹੈ, ਕਿਉਂ ਇਹ ਮੈਨੂੰ ਏਡਾ ਖਾਸ ਹੀ ਪਤਾ ਨਹੀਂ, ਉਹ ਤੁਹਾਨੂੰ ਦੱਸ ਦਿਓ ਜੀ। ਸ਼ਾਇਦ ਜੀ ਜਿਮ ਖਾਨਾ ਕਲੱਬ ਮੰਡੀ ਬੋਲਦੀ, ਜਿਸ ਕੰਮ ਦੀ ਫਾਰਮਲੀ ਜੋ ਹੈ ਉਹ ਇਫਤਤਾਹ ਕਰਦੀ ਹੈ ਜੀ, ਔਰ ਇਸਕੀ ਪ੍ਰੀ ਲਾਂਚਿੰਗ ਜੋ ਹੈ ਉਹ 29th June ਕੋ ਇਹ ਡਿਸਟ ਕੰਪਲੈਕਸ ਕੇ ਬਿਲਕੁਲ ਸਾਥ ਅਲਹਿਆਤ ਮਾਰਕੀ ਹੈ, ਵਹਾਂ ਪਰ ਜੋ ਹੈ ਉਹ ਇੱਕ ਗ੍ਰੈਂਡ ਫੰਕਸ਼ਨ ਕਰਨੇ ਜਾ ਰਿਹਾ ਹੈ, ਜਿਸ ਮੈਂ ਮੰਡੀ ਬੋਲਦੀ ਕੀ ਫੈਮਲੀਜ਼ ਕੋ ਹਮਨੇ ਇਨਵਾਈਟ ਕੀਆ ਹੈ। ਔਰ ਅਲਹਮਦੁਲਿਲਾ ਇਨੀਸ਼ਲੀ ਜੋ ਜਿਮ ਖਾਨਾ ਕਲੱਬ ਮੰਡੀ ਬੋਲਦੀ ਕਿ ਹਮਨੇ ਮੈਂਬਰਸ਼ਿਪ ਕਾ ਟਾਰਗੇਟ ਰੱਖਾ ਥਾ ਵੋ ਥਾ 200 ਔਰ ਅਭੀ ਵੋ ਅਰਾਊਂਡ 300 ਕੇ ਕਰੀਬ ਜੋ ਹੈ ਵੋ ਮੈਂਬਰਸ਼ਿਪ ਦੇ ਚੁੱਕੇ ਹੈ। ਔਰ ਅਭੀ ਆਪਣੇ ਬਾਅਦ ਦੇਖਾ ਕਿ ਰਸ਼ ਇਤਨਾ ਜ਼ਿਆਦਾ ਹੈ ਕਿ ਲੋਕ ਜੋ ਹੈ ਉਹ ਅਲਹਮਦੁਲਿਲਾ ਆ ਰਹੇ ਹੈ, ਔਰ ਲੋਕ ਜੋ ਹੈ ਉਹ ਉਨਕੀ ਇਹ ਖਵਾਹਿਸ਼ ਹੈ ਕਿ ਹਮ ਵੀ ਜੋ ਇਸ ਮੈਂਬਰਸ਼ਿਪ ਕੋ ਹਾਸਿਲ ਕਰੇ। ਲੇਕਿਨ ਕਿਉਂਕਿ ਇਹ ਲਿਮਿਟਡ ਬੇਸਿਸ ਪੇ ਹੈ, ਜੈਸੇ ਆਪਣੀ ਪਹਿਲੀ ਜੋ ਥੀ ਸਪੀਚ ਉਸ ਮੈਂ ਵੀ ਐਲਾਨ ਕੀਆ ਥਾ। ਤੋ ਅਭੀ ਜੋ ਹੈ ਵੋ ਜਿਮ ਖਾਨਾ ਜੋ ਹੈ ਵੋ ਆਪ ਯਹਾਂ ਸੇ ਜੋ ਮੇਰੀ ਜੋ ਹੈ ਵੋ ਬਿਲਕੁਲ ਲੈਫਟ ਸਾਈਡ ਪੇ ਡੀ ਪੀ ਐਸ ਡਿਸਟ੍ਰਿਕਟ ਜ਼ਿਲ੍ਹਾ ਪਬਲਿਕ ਸਕੂਲ ਹੈ, ਉਸਕੇ ਸਾਥ ਆਗੇ ਪੁਰਾਣਾ ਇੱਕ ਬੱਸ ਵਾਲਾ ਬੰਗਲਾ ਜੋ ਮਸ਼ਹੂਰ ਹੈ ਬੰਦੇ ਬੋਲ ਰਹੀ ਹੈ, ਵਹਾਂ ਪੇ 80 ਕਨਾਲ ਜੋ ਹੈ ਵੋ ਗਵਰਨਮੈਂਟ ਆਫ ਪੰਜਾਬ ਨੇ ਹਮੇ ਲੀਜ਼ ਕੀ ਹੈ, ਔਰ ਵੋ ਬਿਲਕੁਲ ਰੈਡੀ ਹੈ ਹਰ ਹਵਾਲੇ ਸੇ, ਵਹਾਂ ਪੇ ਇਨੀਸ਼ਲੀ ਹਮਨੇ ਕਾਮ ਵੀ ਸਟਾਰਟ ਕਰਵਾ ਦਿਆ ਹੈ, ਔਰ ਇਨਸ਼ਾਅੱਲਾ ਜੋ 29 ਕੋ ਹਮ ਇਸਕੀ ਪ੍ਰੀ ਲਾਂਚਿੰਗ ਕਰ ਰਹੇ ਉਸਕੇ ਫੌਰੀ ਬਾਅਦ ਬੜਾ ਤੇਜ਼ੀ ਕੇ ਸਾਥ ਜੋ ਹੈ ਵੋ ਕਾਮ ਸ਼ੁਰੂ ਹੋਗਾ। ਮੇਰੇ ਸਾਥ ਮੇਰੇ ਜਨਰਲ ਸੈਕਟਰੀ ਵੀ ਬੈਠੇ ਹੈ, ਮਾਸ਼ਾਅੱਲਾ ਬੜੇ ਐਕਟਿਵ ਹੈ, ਬੋਰਡ ਆਫ ਗਵਰਨਰਸ ਕੀ ਟੀਮ ਮੁਕੰਮਲ ਹੈ, ਔਰ ਬੜੇ ਸਾਰੇ ਐਫੀਸ਼ੈਂਟ ਹੈ ਔਰ ਹਾਰਡ ਵਰਕਿੰਗ ਹੈ, ਔਰ ਇਨਸ਼ਾਅੱਲਾ ਮੇਰਾ ਇਹ ਮੰਡੀ ਬੋਲਦੀਨ ਕੀ ਆਵਾਮ ਸੇ ਇਹ ਵਾਅਦਾ ਹੈ ਕਿ ਜਿਸ ਤਰ੍ਹਾਂ ਹਮਨੇ ਡਿਸਟ੍ਰਿਕਟ ਮੰਡੀ ਬੋਲਦੀਨ ਕੇ ਅੰਦਰ ਬਾਕੀ ਮੈਗਾ ਪ੍ਰੋਜੈਕਟਸ ਜੋ ਹੈ ਵੋ ਡਿਵੈਲਪਮੈਂਟ ਕੇ ਕੀ ਹੈ, ਔਰ ਵਿਦ ਇਨ ਮਿਨੀਮਮ ਟਾਈਮ ਕੇ ਅੰਦਰ ਕੀ ਹੈ, ਜਿਸ ਮੈਂ ਆਪ ਮੰਡੀ ਬੋਲਦੀਨ ਸੇ ਸਰਾਨਗੀਰ ਰੋਡ ਦੇਖ ਰਹੇ, ਮੰਡੀ ਬੋਲਦੀਨ ਸੇ ਖਾਰੀਆ ਰੋਡ ਦੇਖ ਰਹੇ, ਔਰ ਜੋ 21 ਰੋਡਸ ਹੈ ਜੋ ਮੰਡੀ ਬੋਲਦੀਨ ਕੇ ਮੇਨ ਦਿਹਾਤ ਜੋ ਹੈ ਉਨਕੋ ਸ਼ਹਿਰ ਸੇ ਕਨੈਕਟ ਕਰ ਰਹੀ ਹੈ, ਮੰਡੀ ਬੋਲਦੀਨ ਕੇ ਜਿਤਨੇ ਐਂਟਰੀ ਪੁਆਇੰਟਸ ਥੇ ਵੋ ਹਮਨੇ ਲਾਸਟ ਈਅਰ ਜੋ ਹੈ ਉਨਕੋ ਕਾਰਪੇਟਿੰਗ ਕੀ ਹੈ, ਜਿਸ ਮੈਂ ਮੰਡੀ ਬੋਲਦੀਨ ਸੇ ਜੋ ਹੈਡ ਕਾਦਰਾਬਾਦ ਬੈਰਾਜ ਕੇ ਉੱਪਰ ਸਾਰਾ ਰੋਡ ਉਸਕੇ 8 ਕਿਲੋਮੀਟਰ ਬੜੀ ਉਸਕੀ ਬੁਰੀ ਹਾਲਤ ਥੀ, ਮੰਡੀ ਬੋਲਦੀਨ ਜੋ ਰਸੂਲ ਬੈਰਾਜ ਕਾ ਜੋ ਜਸਟ ਜੇਲਮ ਸੇ ਐਂਟਰੀ ਪੁਆਇੰਟ ਥਾ ਉਸਕੀ ਬੜੀ ਬੁਰੀ ਹਾਲਤ ਥੀ। ਅਭੀ ਜੋ ਹੈ ਵੋ ਸਾਲਮ ਜੋ ਮੇਨ ਰੋਡ ਹੈ ਮਾਰੀ ਵਨਵੇ ਜੋ ਮਿੰਨੀ ਮੋਟਰਵੇ ਜਿਸਕੋ ਕਹਾ ਜਾਂਦਾ ਹੈ, ਉਸਕਾ ਜੋ ਹੈ ਵੋ ਚੀਫ ਸੈਕਟਰੀ ਪੰਜਾਬ ਨੇ ਜੋ ਹੈ ਵੋ ਮੰਡੀ ਬੋਲਦੀਨ ਕੇ ਲੀਏ ਫੰਡ ਅਪਰੂਵ ਕਰਵਾ ਦੀ ਹੈ ਸੀਐਮ ਸਾਹਿਬਾ ਸੇ, ਔਰ ਅਗਲੇ ਜੋ ਹੈ ਵੋ ਮੰਥ ਮੇਂ ਜੁਲਾਈ ਮੇਂ ਇਸਕਾ ਟੈਂਡਰ ਪ੍ਰੋਸੈਸ ਸਟਾਰਟ ਹੋ ਜਾਏਗਾ। ਇਸਕੇ ਸਾਥ ਸਾਥ ਜੋ 21 ਰੋਡਸ ਕਾ ਮੈਂ ਜ਼ਿਕਰ ਕਰ ਰਹਾ ਹੂੰ ਵੋ ਵੀ ਉਨਕਾ ਵੀ ਟੈਂਡਰਿੰਗ ਪ੍ਰੋਸੈਸ ਸਟਾਰਟ ਹੋ ਗਿਆ। ਤੋ ਜਬ ਇਹ ਰੋਡ ਮੁਕੰਮਲ ਹੋਗੀ ਤੋ ਉਸਕੇ ਬਾਅਦ ਮੰਡੀ ਬੋਲਦੀਨ ਕੇ ਅੰਦਰ ਕੋਈ ਐਸਾ ਵੀ ਰੋਡ ਨਹੀਂ ਰਹਿ ਜਾਏਗਾ ਜੋ ਮੇਨ ਰੋਡ ਹੋ ਔਰ ਜੋ ਮੇਨ ਦਿਹਾਤੋਂ ਸੇ ਜੋ ਸ਼ਹਿਰ ਕੀ ਤਰਫ ਆਤਾ ਹੋ, ਹਮਨੇ ਸਭ ਕੋ ਪੂਰੇ ਡਿਸਟ੍ਰਿਕਟ ਕੋ ਇਸਮੇਂ ਕਵਰ ਕੀਆ ਹੈ। ਅਗਰ ਮੰਡੀ ਬੋਲਦੀਨ ਸ਼ਹਿਰ ਕੀ ਬਾਤ ਕਰੇ ਤੋ ਵਹਾਂ ਪੇ ਹਮਨੇ ਐਂਟੀ ਇਨਕਰੋਚਮੈਂਟ ਡਰਾਈਵ ਕੇ ਤਹਿਤ ਜੋ ਹੈ ਵੋ ਜੋ ਗੈਰ ਕਾਨੂੰਨੀ ਪਲਾਜ਼ਾ ਜਾਟ ਬਣੇ ਹੋਏ ਥੇ ਔਰ ਜੋ ਕੁਛ ਲੋਕ ਵੈਸੇ ਨਾਜਾਇਜ਼ ਕਾਬਜ਼ ਥੇ ਉਨਕੋ ਵਹਾਂ ਸੇ ਰਿਮੂਵ ਕਰਵਾਇਆ, ਔਰ ਮੰਡੀ ਬੋਲਦੀਨ ਕਾ ਜੋ ਸ਼ਹਿਰ ਹੈ ਜੋ ਤਾਰੀਖ ਹੈ ਜਿਸਕੀ ਔਰ ਇਹ ਬਿਲਕੁਲ ਸਟੇਟ ਹੈ, ਅਗਰ ਆਪ ਇੱਕ ਸਾਈਡ ਪੇ ਖੜੇ ਹੈ ਤੋ ਆਪਕੋ ਸਟੇਟ ਜੋ ਹੈ ਉਸਕਾ ਐਂਡ ਤੱਕ ਜੋ ਹੈ ਵੋ ਆਪ ਤਹੱਦ ਨਿਗਾਹ ਆਪਕੋ ਵੋ ਸਟੇਟ ਨਜ਼ਰ ਆਏ, ਤੋ ਵੋ ਇਤਨਾ ਸ਼ਦੀਦ ਇਨਕਰੋਚ ਥਾ ਕਿ ਆਪ ਪੈਦਲ ਚੱਲਣਾ ਆਪਕੇ ਲੀਏ ਮੁਹਾਲ ਥਾ। ਔਰ ਅਭੀ ਆਪ ਡੈਫੀਨੇਟਲੀ ਆਪਣੇ ਵਿਜ਼ਿਟ ਕੀ ਅਗਰ ਨਹੀਂ ਕੀਆ ਤੋ ਮੈਂ ਆਪਕੋ ਰਿਕੁਐਸਟ ਕਰੂੰਗਾ ਕਭੀ ਯਹਾਂ ਸੇ ਆਪ ਨਿਕਲੇ ਤੋ ਸੀਧਾ ਮੰਡੀ ਬੋਲਦੀਨ ਕੇ ਬਾਜ਼ਾਰ ਮੇਂ ਜਾਏ, ਖੁੱਲ੍ਹੇ ਰੋਡਸ ਹੈ, ਸਪੇਸ਼ੀਅਸ ਜਗ੍ਹਾ ਹੈ, ਪਾਰਕਿੰਗ ਕੇ ਲੀਏ ਬੜੀ ਅੱਛੀ ਜਗ੍ਹਾ ਆਪਣੇ ਇਸਟੈਬਲਿਸ਼ ਕਰ ਦੀ ਹੈ, ਔਰ ਲੋਕ ਔਰ ਸਭ ਸੇ ਬੜ ਕੇ ਜੋ ਮੇਰੀ ਮਾਂ ਹੈ ਬਹਿਨ ਹੈ ਬੇਟੀਆਂ ਹੈ ਉਹ ਬਾਜ਼ਾਰੋਂ ਮੇਂ ਆਰਾਮ ਸੇ ਆ ਰਹੀ ਹੈ ਆਪਣੀ ਸ਼ੋਪਿੰਗ ਕਰ ਰਹੀ ਹੈ,
ਔਰ ਆਪਣੇ ਘਰੋਂ ਤੋਂ ਵਾਪਸ ਜਾ ਰਹੀ। ਇੱਕ ਪ੍ਰੋਟੈਕਟਿਡ, ਇੱਕ ਸਾਫ਼ ਸੁਥਰਾ ਮੰਡੀ ਮੌਲਦੀਨ ਕੇ ਅੰਦਰ ਹਮਨੇ ਇਨਵਾਇਰਮੈਂਟ ਮੁਹੱਈਆ ਕੀਆ ਹੈ ਔਰ ਯੇ ਰੈਗੂਲਰ ਬੇਸਿਸ ਪੇ ਹਮ ਕਰ ਰਹੇ ਹੈਂ ਇਨਸ਼ਾਅੱਲਾ। ਜਿਮਖਾਨਾ ਕੀ ਮੈਂ ਬਾਤ ਕਰਤਾ ਚਲੂੰ ਤੋ ਯੇ ਮੈਂ ਸਮਝਤਾ ਹੂੰ ਕਿ ਮੰਡੀ ਮੌਲਦੀਨ ਕੇ ਲੋਗੋਂ ਕਾ ਮੇਰੇ ਉੱਪਰ ਔਰ ਮੇਰੇ ਟੀਮ ਕੇ ਉੱਪਰ ਯੇ ਟਰਸਟ ਹੈ ਕਿ ਹਮਨੇ ਅਭੀ ਪ੍ਰੀ ਲਾਂਚਿੰਗ ਨਹੀਂ ਕੀ ਤੋ ਹਮਾਰੀ ਮੈਂਬਰਸ਼ਿਪ ਮੈਂ ਸਮਝਤਾ ਹੂੰ ਡਬਲ ਹੋ ਗਈ, ਜਿਤਨਾ ਹਮਾਰਾ ਟਾਰਗੇਟ ਥਾ ਉਸਸੇ ਡਬਲ ਹੋ ਗਈ ਹੈ ਔਰ ਅਲਹਮਦੁਲਿਲਾ ਇਸਕੋ ਕੱਲ ਜਾਂ ਪ੍ਰੀ ਲਾਂਚਿੰਗ ਵਾਲੇ ਦਿਨ ਜੋ ਹੈ ਇਸਕਾ ਹਮ ਜੋ ਹੈ ਵੋ 5 lakh ਸੇ 10 lakh ਤੱਕ ਇਸਕੋ ਕਰਨੇ ਜਾ ਰਹੇ ਹੈਂ, ਇਨਕਰੀਜ਼ ਕਰਨੇ ਹੈਂ ਔਰ ਇਨ ਮੈਂ ਉਮੀਦ ਕਰਤਾ ਹੂੰ ਕਿ ਜਬ ਹਮ ਇਨਕਰੀਜ਼ ਕਰਾਂਗੇ ਫਿਰ ਵੀ ਲੋਕ ਆਏਗੇ ਕਿਉਂਕਿ ਯੇ ਇੱਕ ਸਟੇਟ ਆਫ ਦੀ ਆਰਟ ਜੋ ਹੈ ਵੋ ਹਮ ਜਿਮਖਾਨਾ ਬਣਾਉਣੇ ਜਾ ਰਹੇ ਹੈ। ਆਪ ਦੇਖੇ ਕਿ ਸਰਗੋਧਾ ਗੁਜਰਾਤ ਜੇਲਮ ਯਹਾਂ ਪੇ ਕੰਪਲੀਟ ਹੋ ਚੁੱਕਿਆ ਔਰ ਬੜੇ ਅੱਛੇ ਅੰਦਾਜ਼ ਮੇਂ ਚਲਾਏ ਜਾ ਰਹੇ ਹੈਂ। ਕੁਛ ਲੋਕੋਂ ਕਾ ਯੇ ਕਨਸੈਪਟ ਹੈ ਕਿ ਪਤਾ ਨਹੀਂ ਜਿਮਖਾਨਾ ਕਿਆ ਹੈ, ਕੋਈ ਅਯਾਸ਼ੀ ਕੱਢ ਹੈ ਜਾਂ ਕਿਸ ਤਰ੍ਹਾਂ, ਅੱਲਾਹ ਤਾਲਾ ਮਾਫ਼ ਕਰੇ, ਅਸੀਂ ਕੋਈ ਬਾਤ ਨਹੀਂ ਹੈ। ਯੇ ਪਿਓਰਲੀ ਇੱਕ ਫੈਮਿਲੀ ਗੈਦਰਿੰਗ ਕੀ ਪਲੇਸ ਹੋਗੀ, ਇੱਕ ਕਾਰਪੋਰੇਟ ਸੈਕਟਰ ਕੇ ਲੋਕੋਂ ਕੇ ਬੈਠਨੇ ਕੇ ਲੀਏ ਜਗ੍ਹਾ ਹੋਗੀ, ਬਿਜ਼ਨਸ ਕਲਾਸ ਕਮਿਊਨਿਟੀ ਕੇ ਬੈਠਨੇ ਕੇ ਲੀਏ ਜਗ੍ਹਾ ਹੋਗੀ, ਵੋ ਕਲਾ ਹਮਾਰੇ ਭਾਈ ਹੈ ਉਨਕੇ ਬੈਠਨੇ ਕੇ ਲੀਏ ਇੱਕ ਅੱਛਾ ਮਾਹੌਲ ਦੇਂਗੇ, ਹਮਾਰੇ ਆਫਿਸਰਸ ਕੇ ਲੀਏ ਬੈਠਨੇ ਕੇ ਲੀਏ ਇੱਕ ਅੱਛਾ ਹੋਗਾ। ਜੋ ਲੋਕ ਮੰਡੀ ਮੌਲਦੀਨ ਸੇ ਬਿਲੋਂਗ ਕਰਤੇ ਹੈ, ਜੋ ਹਮਾਰੇ ਓਵਰਸੀਜ਼ ਪਾਕਿਸਤਾਨੀ ਹੈ ਸਪੈਸ਼ਲੀ, ਮੈਂ ਉਨਕੋ ਯੇ ਯਕੀਨ ਦਿਲਾਉਣਾ ਚਾਹਤਾ ਹੂੰ ਕਿ ਯੇ ਇੱਕ ਸਟੇਟ ਆਫ ਦੀ ਆਰਟ ਹਮ ਜਿਮਖਾਨਾ ਬਣਾਏਂਗੇ ਔਰ ਜੋ ਆਪਕਾ ਹਮਾਰੇ ਪਾਸ ਮੈਂਬਰਸ਼ਿਪ ਕੀ ਮਦ ਮੇਂ ਜੋ ਜਿਤਨੇ ਵੀ ਡਿਪਾਜ਼ਿਟ ਆ ਰਹੇ ਹੈ 5 lakh ਪਰ ਹੈਡ ਜੋ ਡਿਪਾਜ਼ਿਟ ਕਰ ਰਹੇ ਹੈ, ਉਸਕੀ ਇੱਕ ਇੱਕ ਪੈਨੀ ਕਾ ਹਿਸਾਬ ਹੋਗਾ ਔਰ ਮੈਂ ਬਤਾਓ ਡਿਪਟੀ ਕਮਿਸ਼ਨਰ ਬਤਾਓ ਪ੍ਰੈਜ਼ੀਡੈਂਟ ਜਿਮਖਾਨਾ ਯੇ ਆਪਕੋ ਯਕੀਨ ਦਿਲਾਤਾ ਹੂੰ ਕਿ ਜਿਸ ਤਰ੍ਹਾਂ ਪਹਿਲੇ ਹਮਨੇ ਅਲਹਮਦੁਲਿਲਾ ਮੰਡੀ ਮੌਲਦੀਨ ਕੇ ਅੰਦਰ ਹਰ ਇੱਕ ਕਾਮ ਮੇਂ ਸ਼ਫਾਫੀਅਤ ਔਰ ਮੈਰਿਟ ਪੇ ਜੋ ਹੈ ਵੋ ਚੀਜ਼ੋਂ ਕੋ ਡੀਲ ਕੀਆ ਹੈ। ਜਿਮਖਾਨਾ ਵੀ ਆਪ ਦੇਖੇਂਗੇ ਕਿ ਹਮ ਬੜੀ ਸਪੀਡ ਕੇ ਸਾਥ ਇਸਕੋ ਇਨਸ਼ਾਅੱਲਾ ਸਟਾਰਟ ਕਰ ਰਹੇ ਹੈ ਔਰ ਸਪੀਡ ਕੇ ਸਾਥ ਇਸਕੋ ਮੁਕੰਮਲ ਕਰੇਂਗੇ। ਇਸਕੇ ਅੰਦਰ ਜੋ ਹੈ ਵੋ ਹਮ ਜੋ ਹੈ ਵੋ ਰੈਸਟੋਰੈਂਟਸ ਬਣਾਏਂਗੇ, ਕੈਫੇ ਬਣਾਏਂਗੇ, ਕਾਫੀ ਕੇ ਜੋ ਹੈ ਵੋ ਚੇਂਜ ਲੈ ਕੇ ਆਏਂਗੇ। ਇਸਕੇ ਸਾਥ ਸਾਥ ਜੋ ਹੈ ਵੋ ਹਮ ਯਹਾਂ ਪੇ ਜੋ ਹੈ ਵੋ ਜਿਮ ਬਣਾਏਂਗੇ, ਲੇਡੀਜ਼ ਜਿਮ ਬਣੇਗਾ, ਜੈਂਟਸ ਕਾ ਅਲੱਗ ਬਣੇਗਾ, ਲੇਡੀਜ਼ ਕਲੱਬ ਬਣੇਗਾ, ਜੈਂਟਸ ਕਾ ਅਲੱਗ ਬਣੇਗਾ, ਕਿਡਸ ਕਾ ਕਲੱਬ ਬਣੇਗਾ, ਸਵਿਮਿੰਗ ਪੂਲ ਬਣੇਗੇ ਔਰ ਸਪੈਸ਼ਲੀ ਜੋ ਹੈ ਵੋ ਫੈਮਿਲੀ ਗੈਦਰਿੰਗ ਕੇ ਲੀਏ ਹਮ ਐਸਾ ਇਨਵਾਇਰਮੈਂਟ ਦੇਂਗੇ ਕਿ ਲੋਕ ਆਪਣਾ ਯਹਾਂ ਪੇ ਆਪਣੇ ਜੋ ਹੈ ਵੋ ਗੈਟ ਟੁਗੈਦਰ ਰੱਖੇ, ਪਾਰਟੀਜ਼ ਰੱਖੇ, ਆਪਣੇ ਬੱਚੋਂ ਕੇ ਬਰਥਡੇ ਰੱਖੇ, ਆਪਣੇ ਫੈਮਿਲੀਜ਼ ਕਾ ਡਿਨਰ ਰੱਖੇ। ਇਸਕੇ ਸਾਥ ਸਾਥ ਜੋ ਹੈ ਵੋ ਹਮ ਇੱਕ ਈ ਲਾਇਬ੍ਰੇਰੀ ਜੋ ਹੈ ਵੋ ਯਹਾਂ ਪੇ ਇਸਟੈਬਲਿਸ਼ ਕਰੇਂਗੇ, ਜੋ ਅੱਲਾਹ ਤਾਲਾ ਨੇ ਮੰਡੀ ਮੌਲਦੀਨ ਕੇ ਲੋਕੋਂ ਕੋ ਬੱਚੋਂ ਕੋ ਬੱਚੀਓਂ ਕੋ ਬੜਾ ਯਹਾਂ ਪੇ ਟੈਲੈਂਟਡ ਹੈ ਬੱਚੇ ਬੱਚੀਆਂ। ਹਰ ਸਾਲ ਆਪ ਦੇਖੀਏ CSS ਕਾ ਇਗਜ਼ਾਮ ਹੋ, PMS ਕਾ ਇਗਜ਼ਾਮ ਹੋ, ਜੁਡੀਸ਼ਲ ਇਗਜ਼ਾਮ ਹੋ, ਮੰਡੀ ਮੌਲਦੀਨ ਕੀ ਇੱਕ ਸਫੀਸ਼ੰਟ ਜੋ ਹੈ ਵੋ ਤਾਦਾਦ ਉਸ ਇਗਜ਼ਾਮ ਮੇਂ ਅਪੀਅਰ ਹੋਤੀ ਹੈ ਔਰ ਕਾਮਯਾਬ ਹੋਤੇ ਹੈ, ਤੋ ਵੋ ਬੱਚੇ ਬੱਚੀਆਂ ਜੋ ਕਿਸੀ ਵਜ੍ਹਾ ਸੇ ਲਾਹੌਰ ਇਸਲਾਮਾਬਾਦ ਨਹੀਂ ਜਾ ਸਕਤੇ, ਉਨਕੋ ਯਹਾਂ ਪੇ ਹਮ ਈ ਲਾਇਬ੍ਰੇਰੀ ਕੀ ਸ਼ਕਲ ਮੇਂ ਬਹੁਤ ਅੱਛਾ ਇਨਵਾਇਰਮੈਂਟ ਦੇਂਗੇ। ਅਗਲਾ ਇੱਕ ਕਨਸੈਪਟ ਜੋ ਹੈ ਵੋ ਕਮਿਊਨਿਟੀ ਵੈਲਫੇਅਰ ਕਨਸੈਪਟ ਹੈ ਹਮਾਰਾ। ਜੈਸੇ ਆਪਣੇ ਯੂਰਪ ਮੇਂ ਦੇਖਾ ਕਿ ਵਹਾਂ ਪੇ ਲੋਕ ਜੋ ਹੈ ਵੋ ਕਮਿਊਨਿਟੀ ਸੈਂਟਰਸ ਬਣੇ ਹੋਏ ਹੈ, ਜਹਾਂ ਪੇ ਬੈਠ ਕੇ ਲੋਕੋਂ ਕੀ ਵੈਲਫੇਅਰ ਕੇ ਲੀਏ ਸੋਚਾ ਜਾਤਾ ਹੈ। ਮੰਡੀ ਮੌਲਦੀਨ ਜਿਮਖਾਨਾ ਮੈਂ ਇੱਕ ਪੋਰਸ਼ਨ ਹਮ ਯੇ ਵੀ ਰੱਖ ਰਿਹਾ ਕਿ ਕਮਿਊਨਿਟੀ ਵੈਲਫੇਅਰ ਔਰ ਇਨਸ਼ਾਅੱਲਾ ਉਸੀ ਕੇ ਅੰਦਰ ਮਸਜਿਦ ਹੋਗੀ, ਮਾਡਰਨ ਜੋ ਕਨਸੈਪਟ ਹੈ ਉਸੀ ਕੇ ਤਹਿਤ ਲੈ ਕੇ ਚੱਲੇਂਗੇ ਔਰ ਜੋ ਮੰਡੀ ਮੌਲਦੀਨ ਕੇ ਜੋ ਲੋਕ ਹੈ ਵੋ ਜੋ ਮੁਹੱਈਆ ਹਜ਼ਰਾਤ ਹੈ ਵੋ ਉਨਕੋ ਵਹਾਂ ਪੇ ਬੈਠ ਕੇ ਸਪੋਰਟ ਕਰੇਂਗੇ ਕਿਸੀ ਵੀ ਮਦ ਮੇਂ, ਹਾਂ ਕਿਸੀ ਕੀ ਬੇਟੀ ਕੀ ਬੇਟੇ ਕੀ, ਕਿਸੀ ਨੇ ਕੋਈ ਅਗਰ ਉਹ ਸ਼ਾਦੀ ਕਰਨੀ ਹੈ ਜਾਂ ਕਿਸੀ ਨੇ ਆਪਣੇ ਰੋਜ਼ਗਾਰ ਕੇ ਸਿਲਸਿਲੇ ਮੇਂ ਕੋ ਸਪੋਰਟ ਲੈਣੀ ਹੈ, ਤੋ ਵੋ ਵਹਾਂ ਇਨਸ਼ਾਅੱਲਾ ਕਮਿਊਨਿਟੀ ਵੈਲਫੇਅਰ ਸੈਂਟਰ ਸੇ ਜੋ ਹੈ ਵੋ ਇਨਸ਼ਾਅੱਲਾ ਵੋ ਟੀਮ ਜੋ ਹੈ ਵੋ ਇਨਸ਼ਾਅੱਲਾ ਵੋ ਮਦਦ ਕਰੇਗੀ। ਤੋ ਯੇ ਮੰਡੀ ਮੌਲਦੀਨ ਕੇ ਲੀਏ ਯੇ ਬਹੁਤ ਬੜੀ ਖੁਸ਼ਖਬਰੀ ਹੈ ਔਰ ਮੈਂ ਮੰਡੀ ਮੌਲਦੀਨ ਕੀ ਆਵਾਮ ਕਾ ਔਰ ਬਿਲਖਸੂਸ ਓਵਰਸੀਜ਼ ਪਾਕਿਸਤਾਨੀਓ ਕਾ ਇੰਤਹਾਈ ਮਸ਼ਕੂਰ ਹੂੰ ਕਿ ਉਹਨਾਂ ਨੇ ਹਮਾਰੀ ਇੱਕ ਕਾਲ ਪੇ ਜੋ ਹੈ ਵੋ ਬੜਾ ਅੱਛਾ ਰਿਸਪਾਂਸ ਦੀਆ ਔਰ ਹਮਾਰੀ ਤਵੱਕੋ ਸੇ ਬੜ ਕੇ ਮੇਂ ਰਿਸਪਾਂਸ ਦਿਲਾਇਆ।
اور انشاءاللہ ہم بھی یہ وعدہ کرتے ہیں کہ منڈی بول دین کی عوام کے لیے بہت جلد جو ہے اس کی تعمیر شروع ہو جائے گی. لیکن ہم ڈی سی ہاؤس کے ساتھ جو ہمارے دو ریسٹ ہاؤسز ہیں وہاں پہ جو ہے وہ انشاءاللہ محرم کے فوری بعد ہم اس کو جو ہے وہ جم خانہ منڈی بول دین کو فنکشن کر دیں گے تاکہ وہاں پہ شام کو دن کو گیٹ ٹوگیدر ہو. کیفے وہاں پہ اسٹیبلش کر رہے ہیں, کچھ لائٹس ہے جو باربیکیو ہے, کافی ہے, وہ انشاءاللہ ہم جو ہے وہ وہاں پہ اسٹیبلش کرنے جا رہے ہیں اور انشاءاللہ ایک منڈی بول دین کے لیے ایک اچھا انوائرمنٹ دینے جا رہے ہیں. تھینک یو, بہت شکریہ. ہوں جی میں شاہد بھائی تھوڑا بہت شکریہ سارا گائڈ کیتا. اور باقی لاسٹ تے میں تھوانوں دسنا میں جڑا کام ہو سکتا ہے جڑا تھوانوں پتہ میں گل وہ کرنا جڑی میرے کول ہوندی ہے. جو شاہد بھائی نے دو تین باتیں کی اس میں جو میں نے دیکھی ہیں, یہ فی الحال جو انہوں نے بازار کی بات کی وہ بالکل ایک ٹھیک گل ہے کہ منڈی بازار سے جانا ہوئے تو پورا جڑا نا ایک لگتا سی کہ یار کدھر گاڑی پانی مشکل ہوتی تھی. میرا میں باہر پہ رہا سا تو تسان ویڈیو دیکھی ہونی میری گڈی اٹھائی ہوئے ٹریفک پولیس والے ਅਤੇ ਉਹਨਾਂ ਨੂੰ ਪਤਾ ਨਹੀਂ ਸੀ ਮੇਰਾ ਬਿਲਕੁਲ ਮੈਂ ਉਹਨਾਂ ਨਾਲ ਐਕਸ਼ਨ ਲਿਆ ਉਹਦੇ 'ਤੇ ਕਿਉਂ ਗੱਡੀ ਗਲਤ ਪਾਰਕ ਕੀਤੀ ਸੀ ਅਤੇ ਉਹਨਾਂ ਉਠਾ ਲਈ ਜੋ ਫਿਰ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਅਤੇ ਲੋਕਾਂ ਮੈਨਸ਼ਨ ਕੀਤੀ. ਬਟ ਇਹ ਬਹੁਤ ਅੱਛਾ ਇਹਨਾਂ 'ਚ ਕੰਮ ਹੈ ਔਰ ਇਹਨਾਂ ਦਾ ਇਹ ਸ਼ਾਇਦ ਬਾਈ ਦਾ ਇਹ ਸਿਸਟਮ ਹੈ ਕਿ ਹਰ ਬੰਦਾ ਇਹਨਾਂ ਤੱਕ ਅਪਰੋਚ ਕਰ ਸਕਦਾ ਐਨੀ ਟਾਈਮ. ਜਿਸ ਟਾਈਮ ਮੈਂ ਬੈਠੇ ਨੇ ਇਹਨਾਂ ਦਾ ਸਟਾਫ, ਕੋਈ ਬੰਦਾ ਆਵੇ ਕੋਈ ਕੰਪਲੇਨ ਲੈ ਕੇ ਆਵੇ ਉਹ ਕਰਦੇ. ਔਰ ਬਾਕੀ ਇਹਨਾਂ ਦੇ ਮੈਂ ਰੇਟ ਦੇਖ ਰਿਹਾ ਸਰ, ਮੇਨ ਰੋਡ ਉੱਤੇ ਦਰਖਤ ਮਾਸ਼ਾਅੱਲਾ ਬਹੁਤ ਅੱਛੇ ਲਾਏ ਨੇ. ਉਹਦੇ ਵਾਸਤੇ ਮੇਰਾ ਪਰਸਨਲੀ ਮੈਸੇਜ ਹੈ ਕਿ ਜਾਨਵਰ ਅੱਗੇ ਪਿੱਛੇ ਡੀ ਸੀ ਸਾਹਿਬ ਤੇ ਲਵਾਏ ਨੇ, ਉਹਨਾਂ ਨੂੰ ਪਾਣੀ ਵੀ ਦਵਾ ਰਹੇ ਨੇ, ਸਾਰਾ ਕੁਝ ਉਹਨਾਂ ਦੀ ਪ੍ਰੋਟੈਕਸ਼ਨ ਵੀ ਕਰ ਰਹੇ. ਬਸ ਮੰਡੀ ਦੇ ਲੋਕਾਂ ਦੇ ਰਿਕੁਐਸਟ ਹੈ ਕਿ ਥੋੜ੍ਹੇ ਜਾਨਵਰ ਆਪਣੇ ਜਿਹੜੇ ਨੇ ਉਹਨਾਂ ਨੂੰ ਕੰਟਰੋਲ ਕਰਕੇ ਰੱਖਣ, ਕਿਉਂ ਮੈਂ ਅਗਲੇ ਦਿਨ ਗੁਜ਼ਰ ਰਿਹਾ ਸਾਂ ਉਹ ਜਾਨਵਰ ਉੱਤੇ ਚੜ੍ਹੇ ਸਨ ਤੋਂ ਖਰਾਬ ਕਰ ਰਹੇ ਸਨ. ਅਤੇ ਬਾਕੀ ਇਨਸ਼ਾਅੱਲਾ ਜਿਹੜੀ ਜਿਹੜੀ ਮੰਡੀ ਬਾਬਾ ਦੀਨ ਦੀ ਅਪਡੇਟ ਹੋਵੇਗੀ, ਸ਼ਾਇਦ ਬਾਈ ਜੀ ਹੋਵੇਗੀ, ਉਹ ਨਾਲ ਨਾਲ ਆਉਂਦੀ ਰਹੇਗੀ. ਅਤੇ ਸਭ ਦਾ ਬਹੁਤ ਸ਼ੁਕਰੀਆ. ਔਰ ਜਿਹੜਾ ਕੋਈ ਅਗਰ ਹੋਰ ਸਵਾਲ ਹੋਇਆ ਤੁਸੀਂ ਕਮੈਂਟ ਵਿੱਚ ਛੱਡ ਦੇਣਾ, ਫਿਰ ਇਨਸ਼ਾਅੱਲਾ ਸ਼ਾਇਦ ਬਾਈ ਨਾਲ ਸਾਡੀ ਮੁਲਾਕਾਤ ਹੁੰਦੀ ਰਹੇਗੀ, ਉਹ ਤੁਹਾਨੂੰ ਸਾਰਾ ਅਪਡੇਟ ਕੀਤਾ ਜਾਏਗਾ. ਜਿਮਖਾਨੇ ਦੀ ਅੱਜ ਅਸਾਂ ਮਾਰਤ ਫੈਮਿਲੀ ਜਿਹੜੇ ਅਸੀਂ ਸਾਰੇ ਹਾਂ, ਮੈਂ ਸ਼ਾਇਦ ਬਾਈ ਨੂੰ ਤਿੰਨ ਆਖੀਆਂ ਸਨ ਮੈਂਬਰਸ਼ਿਪ ਤੋਂ, ਮੈਂ 7-8 ਜਿਹੜੀਆਂ ਨਾ ਅਸਾਂ ਅੱਜ ਫਾਈਨਲ ਕਰ ਲਈਆਂ. ਹੋਰ ਜਿਹੜੇ ਜਿਹੜੇ ਲੋਕ ਲੈਣਾ ਚਾਹੁੰਦੇ ਨੇ, ਕਿਉਂ ਇਹ ਲਿਮਿਟਿਡ ਹੈ ਨੇ, ਅਗਰ ਉਹ ਇੱਥੇ ਨਾਲ ਦਫ਼ਤਰ ਨਾਲ ਇੱਕ ਸਟਾਫ ਪੂਰਾ ਬੈਠੇ ਉਹਦੇ ਨਾਲ ਕੰਟੈਕਟ ਕਰ ਲੈਣ ਅਤੇ ਜ਼ਰੂਰ ਉਹ ਇਨਸ਼ਾਅੱਲਾ ਉਹਨਾਂ ਨਾਲ ਤਾਮਨ ਕਰਨਗੇ. ਅਗਰ ਕਿਸੇ ਕੋਈ ਇਸ਼ੂ ਹੋਵੇ ਤਾਂ ਸ਼ਾਇਦ ਬਾਈ 24 ਘੰਟੇ ਅਵੇਲੇਬਲ ਨੇ, ਤੁਸੀਂ ਇਹਨਾਂ ਨਾਲ ਕਰ ਸਕਦੇ. ਸਭ ਦਾ ਬਹੁਤ ਸ਼ੁਕਰੀਆ, ਫਿਰ ਇਨਸ਼ਾਅੱਲਾ ਉਹਨਾਂ ਨੂੰ ਖੁਦਾ ਹਾਂਜੀ ਹੁਣ ਆ ਗਿਆ ਵਾਪਸ ਰੋਟੀ ਖਾਣ ਲਈ. ਮੈਨੂੰ ਬੁਖਾਰ ਹੋ ਗਿਆ ਬੜਾ, ਪਤਾ ਨਹੀਂ ਯਾਰ ਤਾਂ ਨਹੀਂ ਮੈਨੂੰ ਆ ਕਿਸਮ ਦਾ ਬੁਖਾਰ ਹੋ ਗਿਆ. ਇਹ ਦੂਆ ਹੈ ਮੋਲੂ ਗਿਆ, ਇਹ ਨੇ ਮੋਲੂ ਗਿਆ ਮੁਲਾਦਾਤ ਗਿਆ ਹੈ ਨਾ ਲੈ ਹਾਂ ਜੀ ਜਵਾਨੋ, ਤਬੀਅਤ ਖਰਾਬ ਹੋਈ ਸੀ ਤੇ ਮੈਂ ਨਾ ਆਖਿਆ 2 ਮਿੰਟ ਲਵੋ ਯਾਰ ਵਾਹ ਫਰੈਸ਼ ਏਅਰ ਲੈਣੇ ਆ. ਫਿਰ ਕੇ ਨਾ ਬਾਜ਼ਾਰਾਂ ਵਿੱਚ ਤੇ ਗੱਡੀਆਂ ਬਹਿ ਬਹਿ ਕੇ ਕੰਮ ਖਰਾਬ ਹੋਇਆ ਸੀ ਤੇ ਸਾਡੀ ਗੋਲੂ ਮੋਲੂ ਕੀਤਾ ਇੱਥੇ ਸਟੇ ਕਰਿਆ ਨਾ ਰਹੇ ਤਿਆਰ ਲਾਈ ਨਾ ਰਹੇ.
ਇਕੱਠੇ ਹੋ ਗਏ ਸਾਰੇ। ਅੱਜ ਤੁਹਾਨੂੰ ਦੱਸਿਆ ਸੀ ਕਿੱਥੇ ਜਾ ਰਹੇ ਹਾਂ, ਅਸੀਂ ਜਾ ਰਹੇ ਹਾਂ ਜੀ ਫਾਈਨਲ ਹੋਇਆ ਹੁੰਜ਼ਾ ਜਾ ਰਹੇ ਹਾਂ ਜੀ। ਹੁਣ ਤੁਹਾਡੀ ਤਬੀਅਤ ਮੇਰੀ ਖਰਾਬ ਹੈ, ਮੈਂ ਘਰ ਜਾਂਦਾ, ਅਸੀਂ ਸਾਰੇ ਘਰ ਜਾਂਦੇ ਪਹਿਲਾਂ, ਫਿਰ ਉਸ ਤੋਂ ਬਾਅਦ ਜਿਹੜਾ ਇਨਸ਼ਾਅੱਲਾ ਸ਼ਾਮ ਨੂੰ ਜਾਂ ਸੁਬਹਾ ਸੁਬਹਾ ਨਿਕਲ ਜਾਂਦੇ ਅਸੀਂ ਨਿਕਲ ਜਾਣਾ, ਫਿਰ ਤੁਹਾਨੂੰ ਨਾਲ ਨਾਲ ਅਸੀਂ ਅਪਡੇਟ ਵੀ ਕਰਨੇ, ਤੁਹਾਨੂੰ ਦੁਆ ਕਰਨੀ ਹੈ ਖੈਰ ਫਰੀਦ ਨਾਲ ਵਾਪਸ ਜਾਈਏ ਤੇ ਆਈਏ ਅਤੇ ਕੋਸ਼ਿਸ਼ ਡਰਾਈਵਰ ਅਤੇ ਸਾਰੇ ਪ੍ਰੋਫੈਸ਼ਨਲ ਮਿਲ ਲੈਣ ਨਾਲ ਅਤੇ ਇਨਸ਼ਾਅੱਲਾ ਤੁਹਾਨੂੰ ਨਾਲ ਨਾਲ ਵਹਾਂ ਦੇ ਦੀ ਤੁਸੀਂ ਘਰ ਬਹਿ ਕੇ ਹੁੰਦਾ ਵੇਖਣਾ ਤੁਸੀਂ ਬਿਲਕੁਲ, ਤੁਹਾਨੂੰ ਅਲੀ ਜਿਹੜਾ ਨਾ ਅਲੀ ਮੈਂ ਆ ਕੇ ਦਮ ਕੱਢ ਦੇ। ਹੁਣ ਮੇਰਾ ਦਿਲ ਚਲੀਏ, ਟਾਈਮ ਬਹੁਤ ਹੋ ਗਿਆ ਭਾਈ ਜਿਹੜੀ ਖਲੋਤੇ ਨੇ, ਆ ਜਾਓ ਮੇਰੀ ਸਭ ਤੋਂ ਡੋ ਗੱਡੀ ਕੱਢੋ, ਆਓ ਜੀ ਆਓ ਜੀ ਭਾਈ ਜਾਨ, ਬੜੀ ਮਦਦ ਤੁਹਾਨੂੰ ਵੇਟ ਕਰਨਾ ਪਿਆ ਬਹੁਤ ਮੈਡੀਸਨ ਦਿੱਤੀ ਹੈ ਤਾਂ ਵੱਲ ਕੰਮ ਸਿੱਧਾ ਹੋਇਆ। ਆ ਜੋ ਅਲੀ ਸਾਹਿਬ ਇਹ ਚੌਂਕ ਆਪਣੇ ਸਟਾਫ ਤੇ ਆ ਗਏ ਹਾਲੇ ਤੇ ਜਲੇਬੀਆਂ ਕੋਲ ਅਤੇ ਥੋੜ੍ਹੀ ਜਿਹੀ ਲੈ ਲਈ ਚੈੱਕ ਕਰ ਲਈਏ ਕੁਛ ਮਿਲਦਾ ਹੋ ਜਾਏ ਜੀ, ਥੋੜ੍ਹੀ ਥੋੜ੍ਹੀ ਜਿਹੀ ਲੈ ਲੈਂਦੇ ਹਾਂ। ਮੋਲੂ ਕਿਆ ਬਾਈ ਪਿੰਡ ਅਮਰੀਤ ਸਾਹਿਬ ਦਾ ਨਾਲ ਹੀ ਪਿੰਡ ਅਮਰੀਤ ਸਾਹਿਬ ਏਅਰਪੋਰਟ ਜਾਣਾ ਮੇਰੇ ਤੋਂ ਨਾਲ ਹੀ ਪਈਆਂ ਹਾਂ ਜੀ, ਹਾਲੇ ਬੈਠੇ ਹਾਂ, ਚਾਹ ਸ਼ਾਹ ਪੀਤੀ ਆਏ ਨੇ, ਵੀਰ ਸਾਹਿਬ ਆਏ ਨੇ, ਬੜੇ ਮੌਜੂਦ ਮਹਿਮਾਨ ਆਏ ਨੇ, ਸਾਰੇ ਭਰਾ ਆਏ, ਇੱਥੇ ਚੱਲ ਰਹੀ ਗੱਪ ਸ਼ੱਪ ਚੱਲ ਰਹੀ ਹੈ। ਆਹ ਚੱਲ ਰਹੇ ਪੂਰਾ ਜਿਹੜਾ ਨਾ ਮੌਲਾ ਦਾਤ ਕਿਆ ਟਾਈਮ ਦਿੱਤਾ ਗਰਮੀ ਦੇ ਵਾਪਸ ਗਰਮੀ ਬੜੀ ਸੀ, ਹੁਣ ਚੇਂਜ ਕੀਤਾ ਦਾਰੇ ਵਿੱਚ, ਵਾਪਸ ਆ ਗਏ ਹਾਂ, ਬੈਠੇ ਸਾਂ
ਮੁੜੇ ਹੁਣ ਤਿਆਰੀ ਸ਼ਿਆਰੀ ਪਿੱਛੋਂ ਕਰ ਰਹੇ, ਨਜ਼ਰ ਆ ਰਿਹਾ ਹੋਣਾ ਤੁਹਾਨੂੰ, ਅਤੇ ਤੁਹਾਨੂੰ ਨਾਲ ਬਹਾਨੇ ਹਾਂ, ਉਮੀਦ ਹੈ ਅੱਜ ਦਾ ਤੁਹਾਨੂੰ ਇਹ ਸਾਰਾ ਜਿਹੜਾ ਨਾ ਅਪਡੇਟ ਨਜ਼ਰ ਆਵੇਗੀ। ਅੱਜ ਮੈਂ ਗਿਆ ਸਾਂ ਡੀ ਸੀ ਆਫਿਸ ਵਿੱਚ, ਕਿਉਂ ਸਾਡੇ ਗਾਂਵ ਦਾ ਜਿਹੜਾ ਕਬਰਸਤਾਨ ਹੈ ਨਾ ਉਹ ਖਤਮ ਹੋ ਗਿਆ, ਥੋੜ੍ਹੀ ਜਿਹੀ ਜਗ੍ਹਾ ਰਹਿ ਗਈ, ਅਤੇ ਉਹਦੇ ਵਾਸਤੇ ਉਹ ਰਿਕੁਐਸਟ ਕੀਤੀ ਉੱਥੇ, ਇੱਥੇ ਸਰਕਾਰੀ ਜ਼ਮੀਨ ਸੀ, ਅਤੇ ਆਖਿਆ ਉਹ ਅਗਰ ਕਬਰਸਤਾਨ ਨੂੰ ਕਰ ਦਿਓ ਤੁਸੀਂ ਅਲਾਟ ਕਬਰਸਤਾਨ ਵਾਸਤੇ, ਤਾਂ ਕਿ ਪਿੰਡ ਵਾਲਿਆਂ ਵਾਸਤੇ ਸਹੂਲਤ ਹੋ ਜਾਵੇ, ਅਤੇ ਉਹਦੀ ਕੋਸ਼ਿਸ਼ ਜਾਰੀ ਹੈ ਜੀ, ਦੁਆ ਕਰਨੀ ਤੁਹਾਡੇ ਤੋਂ ਸਾਰਿਆਂ। ਡੀ ਸੀ ਸਾਹਿਬ ਹੋਰਾਂ ਅੱਗੇ ਵੀ ਰਿਕੁਐਸਟ ਕੀਤੀ ਔਰ ਸਾਰਾ ਕੁਝ, ਫਿਰ ਉਹਨਾਂ ਸਾਰਿਆਂ ਨੂੰ ਔਨ ਬੋਰਡ ਲਿਆ, ਅੱਜ ਮੀਟਿੰਗ ਹੋਈ ਹੈ, ਅਤੇ ਇਨਸ਼ਾਅੱਲਾ ਕੁਝ ਆਉਣੇ ਵਾਲੇ ਦਿਨਾਂ ਵਿੱਚ ਕਹਿ ਰਹੇ ਨੇ ਬਿਲਕੁਲ ਜਿਹੜਾ ਨਾ ਕਰ ਦਿੰਦੇ ਹਾਂ, ਅਤੇ ਇਨਸ਼ਾਅੱਲਾ ਫਿਰ ਉਹ ਨਾਲ ਨਾਲ ਤੁਹਾਨੂੰ ਉਹਦੀ ਵੀ ਅਪਡੇਟ ਹੁੰਦੀ ਰਹੇ ਦੀ। ਹੁਣ ਮਾਸ਼ਾਅੱਲਾ ਆ ਗਏ ਹਾਂ ਦਾਰੇ ਵਿੱਚ, ਚੈੱਕ ਕਰੋ, ਅਤੇ ਐਂਬੂਲੈਂਸ ਗਈ ਸੀ ਕੋਈ ਮਰੀਜ਼ ਲੈ ਕੇ, ਪਿੰਡ ਵਿੱਚ ਕੋਈ ਐਮਰਜੈਂਸੀ ਹੋਈ ਸੀ ਅਤੇ ਉਹ ਗਈ ਹੈ, ਅਤੇ ਉਹ ਵੀ ਹੁਣ ਇੱਥੇ ਆ ਕੇ ਆ ਗਿਆ ਵਾਪਸ, ਹੁਣ ਆਵਾਮ ਸਾਰੀ ਦਾਰੇ ਵਿੱਚ। ਹਾਂ ਜੀ ਲੱਗ ਗਿਆ ਨੈੱਟ ਚਾਰ, ਹਾਂ ਪਠਾਣਾ ਤੂੰ ਵੀ ਖੇਲਦੇ ਹੋ ਹੈਂ, ਚਲੋ ਇਧਰੂ ਜਨਾਬ ਤੈਯਬ ਸਾਹਿਬ ਨੇ ਉਧਰੂ ਇਹਨੂੰ ਜ਼ਿਆਦਾ ਹੋਈਏ, ਦੋ ਦਿਨ ਚਲਦੀ ਰਹੇ ਦਸ ਪੁਆਇੰਟ ਵਾਲੀ ਜਮ੍ਹਾਂ ਕਰਨੇ ਆ, ਨਵਾਂ ਜਵਾਨ ਆਇਆ ਕੀ ਹਾਲ ਹੈ, ਮਾਨਾ ਜੀ ਵੀ ਰੈਫਰੀ ਨੇ, ਅੱਛਾ ਤੂੰ ਉਹਨਾਂ ਨੇ ਸਾਂਝੇ ਖਾਤੇ ਇਧਰ ਬਹਿ ਜਾ, ਹਾਂਜੀ ਇਹ ਸਾਡੀ ਐਂਬੂਲੈਂਸ ਦਾ ਡਰਾਈਵਰ ਹੈ, ਤੁਸੀਂ ਨਿੱਕੇ ਹੁੰਦੇ ਸਕੂਲ ਵੀ ਖੜਦਾ ਸੀ ਇਹ ਬੰਦਾ ਸਾਡਾ, ਬੜਾ ਜਿਹੜਾ ਨਾ ਪਰਸਨਲ ਬੰਦਾ ਸਕੂਟਰਾਂ ਦਾ ਤੇ ਮੋਬਾਈਲ ਦਾ। ਅੱਛਾ ਇੱਕ ਹੋਰ ਤੁਹਾਨੂੰ ਬੰਦਾ ਬੜਾ ਖਾਸ ਬਣਾਉਣਾ, ਤੁਸੀਂ ਵਿਰਕ ਸਾਹਿਬ ਦੇ ਸਾਰੇ ਜਾਣਦੇ ਹੋ, ਇਹ ਵਿਰਕ ਸਾਹਿਬ ਜਿਹੜਾ ਸਾਡੇ ਨਾਲ ਫੇਰੇ ਹੁੰਦੇ ਨਾ ਉਹਦੇ ਪਿੱਛੇ ਵੀ ਇੱਕ ਬੰਦਾ ਹੁੰਦਾ ਨਾ ਉਹ ਇਹ ਆਰਫ ਸਾਹਿਬ, ਆਰਫ ਸਾਹਿਬ ਸਲਾਮ ਕਰ ਲਓ ਜੀ, ਇਹ ਆਰਫ ਸਾਹਿਬ ਨੇ ਵਿਰਕ ਸਾਹਿਬ ਦੇ ਵੱਡੇ ਭਾਈ, ਅਤੇ ਇਹਨਾਂ ਦਾ ਬੜਾ ਤਾਮਾ ਨੇ ਪਿਆਰ, ਵਿਰਕ ਸਾਹਿਬ ਮਾਂ ਨੂੰ ਮੋਜਾ ਮਾਰ ਮੈਂ ਜਿਹੜਾ ਨਾ ਕਰ ਲੈਣਾ, ਤੇ ਸ਼ਰਾਬ ਸਾਹਿਬ ਹਾਂ ਇੱਧਰ ਵੇਖੋ ਪਾਪਾ ਹਰੀ ਲੱਗੇ ਨੇ ਕੰਮ, ਅੱਛਾ ਅਪਡੇਟ ਚੱਲ ਰਹੀ ਪਾਪੇ ਹਰੀ ਫੁੱਲ ਟਾਈਮ ਦੇ ਰਹੇ ਨੇ, ਇਹ ਸਾਡਾ ਕਾਸ਼ੀ ਸਫਦਰ ਦਾ ਨਿੱਕਾ, ਇਹ ਜਵਾਨ ਸਾਨੂੰ ਕਿੱਥੋਂ ਹਰੀਪੁਰ ਆ, ਹਰੀਪੁਰ ਇਹ ਉੱਥੋਂ ਮਿਲਣ ਆਇਆ ਹੈ ਬੱਚਾ, ਮਿਹਰਬਾਨੀ ਤੇਰੀ ਜੀ ਯਾਰ, ਠੀਕ ਹੈ ਜੀ ਗੇਮ ਜੀ ਤਿਆਰ ਹੈ, ਮੇਰਾ ਨਾ ਸਿਰ ਪਾੜੀ, ਤੁਹਾਡੇ ਕਿੰਨੇ ਨੇ, ਚਲੋ ਜੀ ਹਾਏ ਹਾਏ ਹੈ, ਅੱਛਾ
ਹਾਂ ਜੀ ਗਰਾਊਂਡ ਤਿਆਰ ਹੋਣ ਲੱਗਾ ਫਿਰ ਚੌਧਰੀ ਨਾਲ ਬੋਤਲਾਂ ਲੱਗਣੀਆਂ ਨੇ ਮੇਰੀ ਲੱਗ ਗਈਆਂ ਨਹੀਂ ਬੋਤਲਾਂ ਓਏ ਤੂੰ ਜਰਾ ਪ੍ਰੈਕਟਿਸ ਕਰ ਓਏ ਗਰਾਊਂਡ ਜੇ ਤਿਆਰ ਹੋ ਜੇ ਚਲੋ ਜੀ ਫਿਰ ਇਨਸ਼ਾਅੱਲਾ ਤੁਹਾਨੂੰ ਥੋੜੀ ਦੇਰ ਤੱਕ ਅਪਡੇਟ ਕਰਾਂ ਹਾਂ ਜੀ ਤੁਹਾਨੂੰ ਬੈਠੇ ਸੰਦਾਰੇ ਵਿੱਚ ਹੁਣ ਉੱਠ ਪਏ ਹਾਂ ਅੱਜ ਦਾ ਵਲੌਗ ਬੜਾ ਲੰਮਾ ਤੁਸੀਂ ਸਾਰੇ ਉਮੀਦ ਹੈ ਤੁਹਾਨੂੰ ਅੱਛਾ ਲੱਗਾ ਹੋਵੇਗਾ ਸੁਬਾਹ ਹੁਣ ਪਲੈਨ ਕਾਫੀ ਨੇ ਕਿਉਂ ਜ਼ਮੀਨ ਵੀ ਤਿਆਰ ਕਰਨੇ ਵਾਲੀ ਹੈ ਮੰਜੀ ਵਾਸਤੇ ਉਹ ਵੀ ਕਰਨਾ ਜੇ ਸਪੋਰਟ ਹੋਦੀਆਂ ਨੇ ਅਸੀਂ ਸਵੇਰੇ ਪਲੈਨ ਹੀ ਬਣਾਇਆ ਨਮਾਜ਼ ਪੜ੍ਹ ਕੇ ਅਤੇ ਜਾਂ ਦੇ ਡੇਰੇ ਉੱਥੋਂ ਟਰੈਕਟਰ ਕੱਢ ਕੇ ਅਤੇ ਇੱਥੇ ਸ਼ੁਰੂ ਕਰਾਂਗੇ ਵੇਖੋ ਜੇ ਹੁਣ ਉੱਠਣੇ ਆ ਨਹੀਂ ਸਵੇਰੇ ਅਸਾਂ ਜਾਣਾ ਵੀ ਹੈ ਨੌਰਦਨ ਵੱਲ ਵੀ ਪਲੈਨ ਅਤੇ ਫਿਰ ਵਹਿੰਦੇ ਹਾਂ ਕਈ ਤਰ੍ਹਾਂ ਹੋਏ ਹੋਏ ਗੁਲਾਮ ਮੁਰਸ਼ਦ 06 ਤੂੰ ਕੀ ਕਰੋ ਇੱਕ ਮਿੰਟ ਲਾਇਕ ਤੇ ਸਬਸਕ੍ਰਾਈਬ ਵੀ ਕਰੋ ਯੂਟਿਊਬ ਤੇ ਵੀ ਹੈ ਉਸਤਾਦ ਜੀ ਯੂਟਿਊਬ ਬੰਦ ਹੋ ਗਈ ਯਾਰ ਕਿਉਂ ਕਬੂਤਰ ਨਾਲ ਕੁੜੀਆਂ ਨਿਕਾ ਲੈਂਦੇ ਫਿਰ ਇਨਸ਼ਾਅੱਲਾ ਤੁਹਾਨੂੰ ਕੱਲ ਦਾ ਵਲੌਗ ਅੱਗੂ ਬੜੇ ਮਜ਼ੇ ਦੇ ਵਲੌਗ ਆਉਣੇ ਵਾਲੇ ਨੇ ਅੱਗੂ ਪਤਾ ਨਹੀਂ ਨਾਰਮਲ ਵਾਲੀ ਸਰਵਿਸ ਵੀ ਕੋਈ ਨਾ ਹੁੰਦੀ ਕੱਲ ਅਗਰ ਜੇ ਇੱਥੇ ਪਿੰਡ ਵਿੱਚ ਉੱਠ ਪਏ ਅਤੇ ਜਿਵੀਂ ਛਿਵੀਂ ਵਾਂ ਦੇ ਅਤੇ ਉਹ ਵੀ ਤੁਹਾਨੂੰ ਦੱਸਾਂਗੇ ਅਤੇ ਨਾਲੇ ਫਿਰ ਨੌਰਦਨ ਦਾ ਵੀ ਫਿਰ ਤੁਹਾਨੂੰ ਨਾਲ ਕੈਚਅਪ ਕਰਾਂਗੇ ਇਹ ਜਿਹੜਾ ਬੰਦਾ ਨਾ ਯਾਨੀ ਠੀਕ ਹੈ ਭਾਈ ਕਰਦਾ ਉਸਤਾਦ ਨਾਲ ਚਲੋ ਇਹ ਰਾਜ ਸਾਹਿਬ ਨੇ ਬੜੇ ਐਕਸਪੀਰੀਅੰਸ ਡਰਾਈਵਰ ਨੇ ਇਹ ਬੜੀ ਅੱਛੀ ਗੱਡੀ ਚਲਾਉਂਦੇ ਨੇ ਸਮੂਥ ਤੇ ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰੀਆ ਖਿਆਲ ਰੱਖੋ ਆਪਣਾ ਤੇ ਜਿੰਦੇ ਰਹੋ ਵਸਦੇ ਰਹੋ ਤੇ ਰਾਤ